हेलो फ्रेंड्स दिस इज हरविंदर सिंह एंड वेलकम टू द YouTube चैनल लर्न विद हरविंदर सर ਅੱਜ ਇਸ ਵੀਡੀਓ ਵਿੱਚ ਅਸੀਂ ਕਰਾਂਗੇ ਪੰਜਾਬੀ ਜਮਾਤ 9ਵੀਂ ਵੰਗੀ ਪੁਸਤਕ ਵਿੱਚੋਂ ਕਹਾਣੀ ਜਨਮ ਦਿਨ ਇਸ ਕਹਾਣੀ ਦੇ ਪ੍ਰਸ਼ਨ ਉੱਤਰ ਦੋਸਤੋ ਇਸ ਗੱਲ ਦਾ ਧਿਆਨ ਰੱਖੋ ਕਿ ਇਸ ਵੀਡੀਓ ਵਿੱਚ ਅਸੀਂ ਇਸ ਕਹਾਣੀ ਦੇ ਪ੍ਰਸ਼ਨ ਉੱਤਰ ਕਿੱਤੇ ਹਨ ਪਰ ਜੇ ਆਪ ਸਾਰੇ ਨੇ ਸਾਡੇ ਨਾਲ ਇਸ ਕਹਾਣੀ ਨੂੰ ਸਮਝਣਾ ਤਾਂ ਅਸੀਂ ਉਸ ਦੀ ਇੱਕ ਅਲੱਗ ਤੋਂ ਵੀਡੀਓ ਬਣਾਈ ਹੈ ਜਿਸ ਦਾ ਲਿੰਕ ਥੱਲੇ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਗਿਆ ਹੈ ਤੇ ਪਾਠ ਦੀ ਪੂਰੀ ਤਰ੍ਹਾਂ ਤਿਆਰੀ ਲਈ ਆਪ ਸਾਰੇ ਵਿਦਿਆਰਥੀ ਉਸ ਵੀਡੀਓ ਨੂੰ ਜ਼ਰੂਰ ਦੇਖੋ ਤੇ ਜੇ ਜਿਹਾ ਸਾਰੇ ਨੇ YouTube ਚੈਨਲ Learn with Harvinder Singh ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਨਵੀਆਂ ਵੀਡੀਓ ਸਭ ਸਾਰਿਆਂ ਨੂੰ ਸਮੇਂ ਸਿਰ ਪ੍ਰਾਪਤ ਹੋ ਸਕਣ ਆਓ ਸ਼ੁਰੂ ਕਰਦੇ ਹਾਂ ਪਹਿਲਾ ਪ੍ਰਸ਼ਨ ਹੈ ਜੁਗਲ ਪ੍ਰਸਾਦ ਆਪਣੇ ਪੁੱਤਰ ਨੂੰ ਅੰਗਰੇਜ਼ੀ ਸਕੂਲ ਵਿੱਚ ਦਾਖਲ ਕਿਉਂ ਕਰਵਾਉਣਾ ਚਾਹੁੰਦਾ ਸੀ ਤੇ ਇਸ ਦੇ ਉੱਤਰ ਵਿੱਚ ਅਸੀਂ ਲਿਖ ਸਕਦੇ ਹਾਂ ਜੁਗਲ ਪ੍ਰਸਾਦ ਆਪਣੇ ਪੁੱਤਰ ਨੂੰ ਅੰਗਰੇਜ਼ੀ ਸਕੂਲ ਵਿੱਚ ਇਸ ਕਰਕੇ ਦਾਖਲ ਕਰਵਾਉਣਾ ਚਾਹੁੰਦਾ ਸੀ ਕਿਉਂਕਿ ਇੱਕ ਤਾਂ ਉਹ ਉਸ ਨੂੰ ਅੰਗਰੇਜ਼ੀ ਵਿੱਚ નિਪੁੰਨ ਕਰਨਾ ਚਾਹੁੰਦਾ ਸੀ ਜੋ ਜਗਾ ਸਮਝਦਾ ਸੀ ਕਿ ਇਸ ਸਕੂਲ ਵਿੱਚ ਬੱਚੇ ਦੀ ਸ਼ਖਸੀਅਤ ਨੂੰ ਪੁੰਗਰਨ ਦੇ ਲੋਣਿੰਦੇ ਮੌਕੇ ਦਿੱਤੇ ਜਾਂਦੇ ਹਨ ਦੂਜਾ ਪ੍ਰਸ਼ਨ ਹੈ ਸਕੂਲ ਦੇ ਪ੍ਰਿੰਸੀਪਲ ਨੇ ਜਗਰ ਪ੍ਰਸਾਦ ਨੂੰ ਵਧਾਈ ਕਿਉਂ ਦਿੱਤੀ ਇਸ ਦਾ ਉੱਤਰ ਹੈ ਜਗਰ ਪ੍ਰਸਾਦ ਦਾ ਪੁੱਤਰ ਜੋਤੀ ਇਮਤਿਹਾਨ ਵਿੱਚ ਸਾਰੇ ਜਮਾਤੀਆਂ ਤੋਂ ਹਰ ਗੱਲ ਵਿੱਚ ਅੱਗੇ ਸੀ ਇਸ ਕਰਕੇ ਸਕੂਲ ਦੇ ਪ੍ਰਿੰਸੀਪਲ ਨੇ ਜਗਰ ਪ੍ਰਸਾਦ ਨੂੰ ਅਜਿਹੇ ਕਾਬਿਲ ਅਤਲ ਲਾਇਕ ਪੁੱਤਰ ਦਾ ਪਿਓ ਹੋਣ ਕਰਕੇ ਵਧਾਈ ਦਿੱਤੀ ਐ ਮੇਰਾ ਲਾਲ ਜਾਏਗਾ ਐਡੇ ਵੱਡੇ ਮੰਤਰੀ ਕੋਲ ਮੈਂ ਸਦਕੇ ਜਾਵਾਂ ज्योतिधि मादे एना शब्दा तो की पावे ज्योतिधि मादे एना शब्दा तो पावे कि वो बहुत खुश है कि उसका पुत्र ज्योति बहुत होन हार है जो कि अड्डे बड़े मंत्री दे गल विच हार पावेगा उस लिए है बड़ी मान वाली गल सी जुगलप्रसाद दी सोच अनुसार आमदन काटों दे उसी पत्नी करदा गुजारा किवें तोड़ दी है जुगलप्रसाद सोचदा है कि जतودي देवकी उस दे कर वयाई आई सी ਤੰਗੀ ਤੁਰਸ਼ੀਦੇ ਪੁੜਾ ਵਿੱਚ ਪਿਸ ਰਹੀ ਸੀ ਉਹ 150 ਰੁਪਏ ਵਿੱਚ ਪੰਜ ਬੱਚਿਆਂ ਨੂੰ ਪਾਲ ਰਹੀ ਸੀ ਦੇਵਕੀ ਨੂੰ ਬੱਚਿਆਂ ਦੀਆਂ ਬੁਗਨੀਆਂ ਵਿੱਚੋਂ ਪੈਸੇ ਇਕੱਠੇ ਕਰਦੀ ਦੇਖ ਉਹ ਸੋਚਦਾ ਹੈ ਕਿ ਕਿਸ ਤਰ੍ਹਾਂ ਦੇਵਕੀ ਯਤਨ ਕਰ ਰਹੀ ਸੀ ਕਿ ਉਸ ਦਾ ਬੱਚਾ ਸਕੂਲ ਵਾਲਿਆਂ ਦੀ ਇੱਛਾ ਅਨੁਸਾਰ ਐਤਵਾਰ ਨੂੰ ਹੋਣ ਵਾਲੇ ਸਮਾਗਮ ਵਿੱਚ ਸ਼ਾਮਲ ਹੋ ਸਕੇ ਤੇ ਕੱਲ ਨੂੰ ਤੇ ਕੱਲ ਨੂੰ ਦਾ ਮਤਲਬ ਹੈ ਸ਼ਾਮ ਨੂੰ ਸਾਰਾ ਟੱਬਰ ਕਿਸ ਗੱਲ ਦਾ ਇੰਤਜ਼ਾਰ ਕਰ ਰਿਹਾ ਸੀ ਤੇ ਕੱਲ ਨੂੰ ਸਾਰਾ ਟੱਬਰ ਸਮਾਗਮ ਵਿੱਚ ਗੈ ਜੋਤੀ ਦਾ ਇੰਤਜ਼ਾਰ ਕਰ ਰਿਹਾ ਸੀ ਤਾ ਜੋ ਉਹ ਕਰਾ ਕੇ ਸਮਾਗਮ ਦੀਆਂ ਰੌਣਕਾਂ ਬਾਰੇ ਅਤੇ ਮਿਲੇ ਮਾਣ ਬਾਰੇ ਆਪਣੇ ਮੂੰਹੋਂ ਬਿਆਨ ਕਰੇ ਦਸ ਕੋਰੇ ਪਰ ਰਹੇ ਦਸ ਕੋਰੇ ਪਰ ਰਹੇ ਦਾ ਮਤਲਬ ਹੈ ਰੋਂਦੇ ਹੋਏ ਜੋਤੀਬਾਰੇ ਸਕੂਲ ਦੀ ਪ੍ਰਿੰਸੀਪਲ ਜੁਗਤ ਜੁਗਲ ਪ੍ਰਸਾਦ ਨੂੰ ਕਹਿੰਦੀ ਹੈ ਇਸ ਦੇ ਉੱਤਰ ਵਿੱਚ ਅਸੀਂ ਲਿਖ ਸਕਦੇ ਹਾਂ ਦਸ ਕੋਰੇ ਪਰ ਰਹੇ ਜੋਤੀਬਾਰੇ ਸਕੂਲ ਦੀ ਪ੍ਰਿੰਸੀਪਲ ਜੁਗਲ ਪ੍ਰਸਾਦ ਨੂੰ ਕਹਿੰਦੀ ਹੈ ਕਿ ਉਸ ਨੂੰ ਬਹੁਤ ਅਫਸੋਸ ਹੈ ਕਿ ਜੋਤੀ ਨੂੰ ਹਾਰਪਨਾ ਮਾਣ ਨਹੀਂ ਮਿਲ ਸਕੇਗਾ ਕਿਉਂਕਿ ਸੇਠ ਲਖਪਤ ਰਾਏ ਨੇ ਜੋਤੀ ਦੀ ਥਾਂ ਆਪਣੇ ਪੁੱਤਰ ਦਾ ਨਾਮ ਬਦਲਵਾ ਲਿਆ ਸੀ ਅਗਲਾ ਪ੍ਰਸ਼ਨ ਹੈ ਅੱਜ ਉਸ ਮੰਤਰੀ ਦਾ ਨਹੀਂ ਮੇਰਾ ਜਨਮ ਦਿਨ ਹੈ ਜੁਗਲ ਪ੍ਰਸਾਦ ਨੇ ਇਹ ਗੱਲ ਕਿਸ ਸੰਦਰਭ ਵਿੱਚ ਕਹੀ ਵੀ ਇਹ ਜਿਹੜੀ ਗੱਲ ਉਸਨੇ ਕਿਸ ਸੈਂਸ ਵਿੱਚ ਕਹੀ ਤੇ ਇਸ ਦਾ ਉੱਤਰ ਅਸੀਂ ਲਿਖ ਸਕਦੇ ਹਾਂ ਜਦੋਂ ਜੁਗਲ ਪ੍ਰਸਾਦ ਨੂੰ ਇਹ ਪਤਾ ਲੱਗਾ ਕਿ ਜੋਤੀ ਨੂੰ ਮੰਤਰੀ ਦੇ ਗੱਲ ਵਿੱਚ ਹਾਰ ਪਾਉਣ ਦਾ ਮਾਣ ਇਸ ਕਰਕੇ ਨਹੀਂ ਮਿਲ ਸਕਿਆ ਕਿਉਂਕਿ ਸੇਠ ਲਖਪਤ ਰਾਏ ਨੇ ਚੇਅਰਮੈਨ ਤੇ ਜੋਰ ਪਾ ਕੇ ਜੋਤੀ ਦੀ ਥਾਂ ਆਪਣੇ ਪੁੱਤਰ ਦਾ ਨਾਮ ਬਦਲਵਾ ਦਿੱਤਾ ਹੈ ਦਾ ਉਸ ਨੂੰ ਬਹੁਤ ਗੁੱਸਾ ਹੁੰਦਾ ਹੈ ਤਾਈਓ ਕਹਿੰਦਾ ਅੱਜ ਉਸ ਮੰਤਰੀ ਦਾ ਨਹੀਂ ਮੇਰਾ ਜਨਮ ਦਿਨ ਹੈ ਭਾ ਉਸ ਦੀ ਸੁੱਤੀ ਹੋਈ ਜ਼ੁਰਤ ਅਤੇ ਦਲੇਰੀ ਦਾ ਜਨਮ ਦਿਨ ਹੈ ਜੋ ਅਮੀਰਾਂ ਨੂੰ ਗਰੀਬਾਂ ਦੀ ਸਦਰਾ ਤੇ ਓਮੰਗਲ ਲਟਾੜਨ ਨਹੀਂ ਦੇਵੇਗੀ